ਤੁਹਾਨੂੰ ਸਾਰਿਆਂ ਨੂੰ ਮੈਂ ਜੀਆ ਕਹਿੰਦਾ ਹੈਗਾ ਅਤੇ ਜਿਹੜੀ ਸਟੂਡੀਓ 7 ਅਤੇ ਸਕੂਲ ਦੀ ਜਿਹੜੀ ਕੋਲੈਬੋਰੇਸ਼ਨ ਹੋਈ ਆ ਇਹਦੇ ਲਈ ਵੀ ਜਿਹੜੇ ਤੁਹਾਡੇ ਅਧਿਆਪਕ ਨੇ ਅਤੇ ਬੱਚੇ ਜਿਨ੍ਹਾਂ ਨੇ ਫਿਲਮਾਂ ਬਣਾਈਆਂ ਨੇ ਮੈਂ ਕਹਿੰਦਾ ਇਹਨਾਂ ਸਾਰਿਆਂ ਲਈ ਇੱਕ ਵਾਰ ਤਾੜੀ ਜ਼ਰੂਰ ਇੱਕ ਬਹੁਤ ਵੱਡਾ ਯੋਗਦਾਨ ਇਹਦੇ ਵਿੱਚ ਸਟੂਡੀਓ 7 ਵਾਲੇ ਸੁੱਖੀ ਬਾਠ ਉਹਨਾਂ ਦਾ ਹੈ ਉਹ ਵੀ ਸਾਡੇ ਵਿੱਚ ਆ ਗਏ ਨੇ ਮੈਂ ਚਾਹੂੰਗਾ ਇੱਕ ਵਾਰ ਖੜੇ ਹੋ ਕੇ ਸਾਰਿਆਂ ਨੂੰ ਦਰਸ਼ਨ ਦੇ ਦੇਵੇ ਅਤੇ ਜਿਹੜਾ ਉਪਰਾਲਾ 4 ਸਾਲ ਤੋਂ ਪਿਛਲੇ ਸਾਲਾਂ ਤੋਂ ਹੋ ਰਿਹਾ ਉਹ ਇਹਨਾਂ ਦੇ ਇਨੀਸ਼ੀਏਟਿਵ ਰੰਗੀ ਹੋਰਾਂ ਦੇ ਇਨੀਸ਼ੀਏਟਿਵ ਦੇ ਨਾਲ ਹੋਇਆ ਅਸੀਂ ਤਾਂ ਇਹਨਾਂ ਦੇ ਨਾਲ ਪਿੱਛੇ ਖੜ੍ਹੇ ਹਾਂ ਅਤੇ ਬਾਕੀ ਦੋ ਫਿਲਮਾਂ ਦੇਖੀਆਂ ਜਿਹੜੀ ਪਹਿਲੀ ਫਿਲਮ ਅਸੀਂ ਰਾਤ ਵੀ ਦੇਖੀ ਸੀ ਉਹ ਫਿਲਮ ਬਾਰੇ ਪਹਿਲੀ ਗੱਲ ਤਾਂ ਮੇਰਾ ਕਮੈਂਟ ਰਾਤ ਵੀ ਇਹ ਸੀ ਹੁਣ ਵੀ ਇਹ ਹੈ ਵੈਰੀ ਕਿਊਟ ਦਾੜੀ ਅਤੇ ਮੈਨੂੰ ਇਹ ਨਹੀਂ ਪਤਾ ਵੀ ਬਾਕੀ ਟਾਈਮ ਸੇ ਕਰਦੇ ਨਹੀਂ ਲਾਈਕ ਮੇ ਬੀ ਟੂ ਮੱਚ ਵਰਕ ਹੈ ਨਾ ਅਤੇ ਰਾਤ ਅਸੀਂ ਗੱਲ ਕਰ ਰਹੇ ਸੀ ਵੀ ਇਹਨਾਂ ਫਿਲਮਾਂ ਦੇ ਰਾਹੀਂ ਜਿਹੜੇ ਸਾਡੇ ਆਲੇ ਦੁਆਲੇ ਇਸ਼ੂ ਨੇ ਉਹਨਾਂ ਦੀ ਅਸੀਂ ਗੱਲ ਕਰਦੇ ਹਾਂ ਜਿਹੜੀਆਂ ਦੋ ਫਿਲਮਾਂ ਹੁਣ ਅਸੀਂ ਦੇਖੀਆਂ ਨੇ ਜੇ ਜੇ ਤਿੰਨ ਸਾਡੇ ਇੱਥੋਂ ਦੇ ਜਿਹੜੇ ਤਿੰਨ ਵੱਡੇ ਮਸਲੇ ਨੇ ਉਹਨਾਂ ਦੇ ਵਿੱਚੋਂ ਦੋ ਮਸਲਿਆਂ ਨੂੰ ਇਹਨਾਂ ਨੇ ਡੀਲ ਕੀਤਾ ਹੈਗਾ ਤੀਜਾ ਸਾਡਾ ਡਰੱਗ ਦਾ ਹੈਗਾ ਅਤੇ ਇਲਡਰਸ ਦਾ ਅਤੇ ਜਿਹੜਾ ਸਾਡਾ ਫਜ਼ੂਲ ਖਰਚੀ ਵਾਲਾ ਜਿਹੜਾ ਪਹਿਲੀ ਗੱਲ ਹੈਗੀ ਆ ਕਿਸ ਤਰ੍ਹਾਂ ਅਸੀਂ ਸਿਰਫ ਲੋਕਾਂ ਨੂੰ ਦਿਖਾਉਣ ਦੇ ਲਈ ਜਿਨ੍ਹਾਂ ਦਾ ਸਾਡੇ ਆਉਣ ਵਾਲੇ ਜੀਵਨ ਦੇ ਵਿੱਚ ਕੋਈ ਕੰਮ ਹੀ ਨਹੀਂ ਹੈ ਕੋਈ ਮਤਲਬ ਹੀ ਨਹੀਂ ਹੈ ਉਹਨਾਂ ਨੂੰ ਇੰਪ੍ਰੈਸ ਕਰਨ ਦੇ ਵਿੱਚ ਅਸੀਂ ਜ਼ਿੰਦਗੀ ਦੇ ਸਾਡੇ ਕ੍ਰੀਏਟਿਵ ਟਾਈਮ ਦੇ 5-6 ਸਾਲ ਸਿਰਫ ਉਸ ਦਾ ਖਰਚਾ ਅਦਾ ਕਰਨ ਦੇ ਵਿੱਚ ਹੀ ਲਾ ਦਿੰਦੇ ਹਾਂ ਜਦਕਿ ਅਸੀਂ ਸਿੰਪਲ ਵਿਆਹ ਕਰਕੇ ਸਾਦਾ ਵਿਆਹ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੈਸਾ ਉੱਥੇ ਖਰਚਣਾ ਸੀ ਆਪਣੇ ਜੀਵਨ ਦੀ ਨੀਂਹ ਅਗਲੀ ਧਰ ਸਕਦੇ ਹਾਂ ਖੁਸ਼ ਜੀਵਨ ਜਿਉਂ ਸਕਦੇ ਹਾਂ ਸਾਡੀਆਂ ਬਾਹਲੀਆਂ ਵੱਡੀਆਂ ਪ੍ਰੋਬਲਮਾਂ ਉਹਦੇ ਨਾਲ ਸੋਲਵ ਹੋ ਸਕਦੀਆਂ ਜਿਹੜੀਆਂ ਅਸੀਂ ਅਖੀਰ 'ਤੇ ਦੇਖੇ ਹੀ ਆ ਉਹ ਵਿਚਾਰਾ ਬੈਠਾ ਗਿਣੀ ਜਾ ਰਿਹਾ ਅਤੇ ਉਹ ਵਾਈਫ ਲੜਕੀ ਜੋ ਹੈ ਉਹਨੇ ਹਲੇ ਵੀ ਸਬਕ ਨਹੀਂ ਸਿੱਖਿਆ ਹੁੰਦਾ ਪਰ ਬੱਚੇ ਤੁਸੀਂ ਸਾਰੇ ਅੱਜ ਇੱਥੋਂ ਸਬਕ ਸਿੱਖ ਕੇ ਜਾਣਾ ਹੈਗਾ ਉਹ ਜਿਹੜਾ ਬੱਚੀ ਨੇ ਪਰ ਆਮ ਤੌਰ 'ਤੇ ਕਿਹਾ ਜਾਂਦਾ ਨਾ ਕਈ ਵਾਰ ਮਸਲੇ ਉਠਾਏ ਜਾਂਦੇ ਨੇ ਪਰ ਉਹਦਾ ਹੱਲ ਨਹੀਂ ਦੱਸਿਆ ਜਾਂਦਾ ਹੱਲ ਅਸੀਂ ਫੇਰ ਹੀ ਲੱਭਾਂਗੇ ਜਦੋਂ ਸਾਡੇ ਮੂਹਰੇ ਮਸਲੇ ਉਠਾਏ ਜਾਣਗੇ ਹੁਣ ਅੱਜ ਸਾਡੇ ਮੂਹਰੇ ਮਸਲਾ ਆਇਆ ਅਤੇ ਇਹ ਸਾਡਾ ਫਰਕ ਬਣਦਾ ਜਦੋਂ ਅਸੀਂ ਇਹ ਤੋਂ ਬਾਹਰ ਨਿਕਲਣਾ ਅਸੀਂ ਇਹਦਾ ਹੱਲ ਸੋਚੀਏ ਇਹਦੇ ਬਾਰੇ ਗੱਲਬਾਤ ਕਰੀਏ ਅਤੇ ਦੂਸਰੀ ਫਿਲਮ ਦੀ ਮੈਨੂੰ ਬੜੀ ਵੱਡੀ ਵਧੀਆ ਖੂਬੀ ਇਹ ਲੱਗੀ ਆ ਅਸੀਂ ਕਹਿੰਦੇ ਸੀ ਨਾ ਫਿਲਮਾਂ ਦੇ ਵਿੱਚ ਮਸਲੇ ਉਠਾਏ ਜਾਂਦੇ ਆ ਔਰ ਇਹਦੇ ਵਿੱਚ ਇਹਨਾਂ ਨੇ ਜਿੱਥੇ ਮਸਲਾ ਉਠਾਇਆ ਅਤੇ ਉੱਥੇ ਉਹਦਾ ਹੱਲ ਵੀ ਕੱਢਿਆ ਮੇਰਾ ਖਿਆਲ ਉਹ ਇੱਕ ਇਹਨਾਂ ਬੱਚਿਆਂ ਦੀ ਬਹੁਤ ਪਹਿਲੀ ਗੱਲ ਤਾਂ ਦੂਸਰੀ ਮੂਵੀ ਵਾਲੇ ਪਹਿਲੀ ਮੂਵੀ ਵਾਲੇ ਤਾਂ ਆਪਾਂ ਦੇਖ ਲਏ ਸੀ ਦੂਸਰੀ ਮੂਵੀ ਵਾਲੇ ਬੱਚੇ ਕਿੱਥੇ ਨੇ ਉਹ ਖੜ੍ਹੇ ਹੋ ਕੇ ਇੱਕ ਵਾਰ ਸਾਨੂੰ ਦਿਖਾਈ ਦੇਣ ਖੜ੍ਹੇ ਹੋ ਜੇ ਅਜੋ ਅੱਗੇ ਅੱਗੇ ਦਰਸ਼ਨ ਇੱਕ ਵਾਰ ਤਾੜੀਆਂ ਨੇ ਸਾਰਿਆਂ ਨੂੰ ਅਤੇ ਫਿਰ ਹੈਰਾਨੀ ਇਹ ਹੁੰਦੀ ਆ ਵੀ ਇਹਨਾਂ ਬੱਚਿਆਂ ਦੇ ਆਪਦੇ ਮਨ 'ਚ ਹੀ ਆਈਡੀਆ ਆਇਆ ਅਤੇ ਆਪ ਹੀ ਉਹਨਾਂ ਨੇ ਇਹਦਾ ਸਕ੍ਰਿਪਟ ਲਿਖਿਆ ਅਤੇ ਆਪ ਹੀ ਉਹਨਾਂ ਨੇ ਇਹਨੂੰ ਫਿਲਮਾਇਆ ਅਤੇ ਆਪ ਹੀ ਐਕਟ ਕੀਤਾ ਅਤੇ ਬਾਅਦ ਦੇ ਵਿੱਚ ਉਹਦਾ ਜਿਹੜਾ ਪਿਛਲਾ ਕੰਮ ਆ ਐਡੀਟਿੰਗ ਵਾਲਾ ਕਰਕੇ ਅਤੇ ਆਪ ਹੀ ਸਾਨੂੰ ਅੱਜ ਦਿਖਾ ਰਹੇ ਨੇ ਮੇਰਾ ਖਿਆਲ ਆ ਵੀ ਮੈਂ ਤਾਂ ਇਹਨਾਂ ਬੱਚਿਆਂ ਦੇ ਜਿਵੇਂ ਕਹਿੰਦੇ ਕਾਇਲ ਹੋ ਗਿਆ ਆਈ ਰੀਅਲੀ ਕੰਗਰੈਚੁਲੇਟ ਯੂ ਔਰ ਮੈਂ ਕੰਗਰੈਚੁਲੇਟ ਸ਼ਬਦ ਵੀ ਮੈਂ ਨਹੀਂ ਵਰਤਾਂਗਾ ਮੈਂ ਤੁਹਾਨੂੰ ਸ਼ਾਬਾਸ਼ ਦਿੰਦਾ ਕਿਉਂਕਿ ਕੰਗਰੈਚੁਲੇਸ਼ਨ ਤਾਂ ਵਿਆਹ ਦੀ ਵਧਾਈ ਹੁੰਦੀ ਆ ਬੱਚੇ ਹੋਏ ਦੀ ਵਧਾਈ ਹੁੰਦੀ ਆ ਪਰ ਜਦੋਂ ਤੁਸੀਂ ਕੋਈ ਕ੍ਰੀਏਟਿਵ ਕੰਮ ਕਰਦੇ ਹੋ ਮੇਰਾ ਖਿਆਲ ਤੁਹਾਡਾ ਪੇਟ ਜਿਹੜਾ ਮੋਟਾ ਧਮਕ ਪਾਉਣਾ ਚਾਹੀਦਾ ਔਰ ਸਾਡੇ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰਿਆ ਤੁਹਾਡਾ ਤੁਹਾਨੂੰ ਸ਼ਾਬਾਸ਼ ਦਿੰਦੇ ਹਾਂ ਅਸੀਂ ਅਤੇ ਜਿਹੜੀ ਪੇਰੈਂਟਸ ਦੀ ਗੱਲ ਆ ਕਿਉਂਕਿ ਮੈਂ ਖੁਦ ਆਈ ਐਮ ਵਨ ਆਫ ਦਾ ਲੱਕੀ ਵਨਸ ਜਿਨ੍ਹਾਂ ਦੇ ਸਿਰ 'ਤੇ ਮਾਂ ਬਾਪ ਦਾ ਸਾਇਆ ਹੈ ਉਹਨਾਂ ਤੋਂ ਵੱਧ ਕਰਮਾਂ ਵਾਲਾ ਕੋਈ ਨਹੀਂ ਹੈ ਮੈਨੂੰ ਯਾਦ ਆ ਪਿਛਲੇ ਸਾਲ ਮੇਰੇ ਮਦਰ ਅਤੇ ਫਾਦਰ ਵਿਦਨ 10 ਡੇਜ਼
ਇੱਥੇ ਮੇਰੇ ਕੋਲ ਰਹਿੰਦੇ ਸੀਗੇ ਔਰ 32-33 ਸਾਲ ਸਾਡੇ ਕੋਲ ਰਹਿ ਕੇ ਵਿਦਇਨ 10 ਡੇਜ਼ ਦੋਨੋਂ ਹੀ ਚਲੇ ਗਏ। ਔਰ ਉਸ ਦਿਨ ਤੋਂ ਬਾਅਦ ਮੈਂ ਇਹ ਮਹਿਸੂਸ ਕਰਦਾ ਉਹ ਸਾਨੂੰ ਹੁਣ ਵੀ ਇਹ ਕਹਿੰਦੇ ਹੁੰਦੇ ਸੀ ਜਵਾਕ ਆ ਗਏ, ਜਵਾਕ ਸੌਂਗੇ, ਜਵਾਕਾਂ ਨੇ ਖਾਣਾ ਖਾ ਲਿਆ। ਅਤੇ ਐਂ ਲੱਗਦਾ ਵੀ ਜਿਸ ਦਿਨ ਉਹ ਚਲੇ ਗਏ ਸਾਡੇ ਅੰਦਰੋਂ ਜਿਹੜਾ ਬਚਪਨਾ ਸੀ ਉਹਨਾਂ ਦੇ ਨਾਲ ਚਲਿਆ ਗਿਆ, ਹੁਣ ਸਾਨੂੰ ਕੋਈ ਡਾਂਟਣ ਵਾਲਾ ਨਹੀਂ। ਅਤੇ ਉਹ ਹੁਣ ਵੀ ਸਾਨੂੰ ਘੂਰ ਦਿੰਦੇ ਸੀ ਅਤੇ ਆਹ ਨਹੀਂ ਆਹ ਨਹੀਂ ਕੰਮ ਕਰਨਾ ਤੁਸੀਂ, ਨਹੀਂ ਆਹ ਨਹੀਂ ਠੀਕ ਹੈਗਾ ਤੁਸੀਂ ਉਹ ਆਹ ਨਹੀਂ ਕਰਨਾ। ਅਤੇ ਹੁਣ ਕਈ ਵਾਰ ਜੀ ਕਰਦਾ ਵੀ ਉਹ ਕਦੇ ਆਉਣ ਅਤੇ ਦੁਬਾਰਾ ਫਿਰ ਝਿੜਕਣ। ਅਤੇ ਮੈਂ ਵੀ ਜਾਣਦਾ ਹਰਭਜਨ ਗਿੱਲ ਸਾਡੇ ਪਿਛਲੇ ਦਿਨਾਂ 'ਚ ਇਹਨਾਂ ਦੇ ਮਾਤਾ ਜੀ ਚਲੇ ਗਏ ਨੇ, ਵਿਛੋੜਾ ਦੇ ਗਏ ਨੇ, ਅਤੇ ਹੁਣ ਫਾਦਰ ਸਾਹਿਬ ਇਹਨਾਂ ਦੇ ਥੋੜ੍ਹੇ ਜਿਹੇ ਅਨਵੈਲ ਨੇ। ਔਰ ਇਹ ਕਿੱਡੇ ਕਰਮ ਵਾਲੇ ਨੇ ਉਹ ਮਾਂ ਬਾਪ ਜਿਹਨਾਂ ਦੇ ਐਸੇ ਬੇਟੇ ਨੇ, ਔਰ ਇਹ ਹਰ ਰੋਜ਼ ਹੁਣ ਉਹਨਾਂ ਕੋਲ ਟਾਈਮ ਸਪੈਂਡ ਕਰਦੇ ਆ, ਹੁਣ ਵੀ ਉੱਥੇ ਜਾ ਕੇ ਆਏ ਨੇ ਪਹਿਲਾਂ। ਅਤੇ ਕਿਉਂਕਿ ਉਹਨਾਂ ਦੀ ਇਹ ਸਿਚੁਏਸ਼ਨ ਐਸੀ ਹੈ ਵੀ ਘਰ ਦੇ ਵਿੱਚ ਪੂਰਾ ਪ੍ਰੋਪਰ ਕੇਅਰ ਨਹੀਂ ਹੋ ਸਕਦੀ, ਜਿਸ ਜਗ੍ਹਾ 'ਤੇ ਉਹ ਹੈਗੇ ਨੇ ਇਹ ਹਰ ਵੇਲੇ ਟਾਈਮ ਸਪੈਂਡ ਕਰਦੇ ਆ। ਸੋ ਪੇਰੈਂਟਸ ਦੇ ਨਾਲ ਨਾ ਉਹਨਾਂ ਦੇ ਕੋਲੋਂ ਤਾਂ ਕੁਛ ਲੈਣ, ਉਹ ਤਾਂ ਅਸੀਸਾਂ, ਜੇ ਹੋਰ ਨਹੀਂ ਕੁਛ ਉਹ ਤਾਂ ਅਸੀਸਾਂ ਨਾਲ ਹੀ ਸਾਡੀ ਝੋਲੀ ਭਰਦੇ ਆ। ਸੋ ਆਹ ਲੈਵਲ ਦੇ ਉੱਤੇ ਮੈਂ ਬੜਾ ਹੈਰਾਨ ਹਾਂ ਵੀ ਇਸ ਲੈਵਲ ਦੇ ਉੱਤੇ ਵੀ ਪੇਰੈਂਟਸ ਨਾਲ ਹੁੰਦਾ ਵੀ ਬੱਚੇ ਉਹਨਾਂ ਦੇ ਹੱਥ ਚੁੱਕਦੇ ਆ। ਇਹ ਤਾਂ ਟੋਟਲੀ ਗਲਤ ਗੱਲ ਹੈਗੀ ਆ। ਸੋ ਪਰ ਇਸ ਮਸਲੇ ਨੂੰ ਉਠਾਉਣ ਅਤੇ ਉਹਦਾ ਹੱਲ ਦੱਸਣ ਦੇ ਵਿੱਚ ਬੱਚੇ ਕਾਮਯਾਬ ਹੋਏ ਨੇ। ਮੇਰੇ ਖਿਆਲ ਜਿੰਨੇ ਇੱਥੇ ਬੱਚੇ ਆ, ਮੈਂ ਚਾਹਾਂਗਾ ਤੁਸੀਂ ਵਾਅਦਾ ਕਰੋ ਤੁਹਾਡੇ ਪੇਰੈਂਟਸ ਦੇ ਨਾਲ ਐਸੀ ਨੌਬਤ ਕਦੇ ਨਹੀਂ ਆਊਗੀ, ਅਤੇ ਆਪਣੇ ਪੇਰੈਂਟਸ ਦਾ ਸਤਿਕਾਰ ਇਸੇ ਤਰ੍ਹਾਂ ਬਰਕਰਾਰ ਰੱਖੋਗੇ। ਅਤੇ ਦੂਸਰੇ ਪਾਸੇ ਪੇਰੈਂਟਸ ਨੂੰ ਵੀ ਮੈਂ ਇਹੀ ਕਹਿਣਾ ਚਾਹੁੰਦਾ ਵੀ ਬੱਚਿਆਂ ਦਾ ਪਿਆਰ ਸਤਿਕਾਰ ਉਸੇ ਤਰ੍ਹਾਂ ਬਰਕਰਾਰ ਰੱਖੋ। ਅੱਜ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਨਾ, ਜਬ ਲੱਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਉਹਨਾਂ ਨੇ ਡਾਇਲੋਗ ਦੀ ਜਿਹੜੀ ਸਾਨੂੰ ਮੱਤ ਦਿੱਤੀ ਆ, ਅੱਜ ਵੀ ਆਪਾਂ ਬੈਠੇ ਇੱਕ ਦੂਜੇ ਨਾਲ ਡਾਇਲੋਗ ਕਰ ਰਹੇ ਹਾਂ, ਮੂਵੀਆਂ ਰਾਹੀਂ ਵੀ ਡਾਇਲੋਗ ਕਰ ਰਹੇ ਹਾਂ। ਉਹਨਾਂ ਨੇ ਸੁਣੀਏ ਨੂੰ ਪਹਿਲ ਦਿੱਤੀ ਆ, ਕਹੀਏ ਬਾਅਦ 'ਚ ਕਿਹਾ, ਕਿਛ ਸੁਣੀਏ ਕਿਛ ਕਹੀਏ। ਸੋ ਅਸੀਂ ਅੱਜ ਵੀ ਇੱਕ ਦੂਜੇ ਨੂੰ ਸੁਣੀਏ, ਉਹਦੇ ਵਿੱਚ ਜਿਹੜਾ ਚੰਗਾ ਅਡੋਪਟ ਕਰੀਏ ਅਤੇ ਜਿਹੜਾ ਮਾੜਾ ਜਿਵੇਂ ਉਹ ਲੋਕ ਦਿਖਾਵਾ ਉਹ ਤੋਂ ਬਚੀਏ। ਅਤੇ ਜਿਹੜਾ ਦੂਸਰਾ ਪੱਖ ਆ ਵੀ ਅਸੀਂ ਫਜ਼ੂਲ ਖਰਚੀ ਨਹੀਂ ਕਰਨੀ, ਉਹਨੂੰ ਅਡੋਪਟ ਕਰੀਏ ਅਤੇ ਇਸੇ ਤਰ੍ਹਾਂ ਮਾਂ ਬਾਪ ਦਾ ਸਤਿਕਾਰ ਕਰੀਏ। ਮੇਰਾ ਖਿਆਲ ਹੈ ਇਹ ਦੋਨੇ ਹੀ ਮੂਵੀਆਂ ਦੇ ਬਣਾਉਣ ਦੇ ਵਿੱਚ ਦੋਨੇ ਹੀ ਬੱਚਿਆਂ ਦੀਆਂ ਟੀਮਾਂ ਕਾਮਯਾਬ ਹੋਈਆਂ ਨੇ। ਔਰ ਉਹਦੇ ਲਈ ਤੁਹਾਡੇ ਜਿਹੜੇ ਟੀਚਰ ਨੇ, ਤੁਹਾਡੇ ਪੇਰੈਂਟਸ ਨੇ, ਉਹਨਾਂ ਨੂੰ ਵੀ ਸ਼ਾਬਾਸ਼ ਨਾਲ ਜਾਂਦੀ ਹੈ। ਅਤੇ ਬਾਕੀ ਸ਼ਾਬਾਸ਼ ਅੱਜ ਜਿਹੜਾ ਇਹ ਪ੍ਰੋਗਰਾਮ ਉਲੀਕਣ ਦੇ ਲਈ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਜਿਹੜੀ ਸਾਡੀ ਅਗਲੀ ਮੂਵੀ ਆ ਉਹਦਾ ਨਾਂ ਵੱਡੀਆਂ ਆਸਾਂ ਹੈ। ਇਹ ਮੂਵੀ ਪੇਰੈਂਟਲ ਪ੍ਰੈਸ਼ਰ ਅਤੇ ਡਿਪਰੈਸ਼ਨ ਬਾਰੇ ਹੈ ਵੀ ਪੇਰੈਂਟਸ ਸਾਨੂੰ ਫੋਰਸ ਕਰਦੇ ਵੀ ਇੰਜੀਨੀਅਰ ਬਣੋ, ਲੋਇਰਸ ਬਣੋ, ਡਾਕਟਰਸ ਬਣੋ। ਅਤੇ ਇਸ ਮੂਵੀ 'ਚ ਦਿਖਾਉਂਦੇ ਵੀ ਉਸ ਪ੍ਰੈਸ਼ਰ ਦਾ ਨਤੀਜਾ ਕੀ ਹੁੰਦਾ ਹੈ। ਉਸ ਤੋਂ ਪਹਿਲਾਂ ਮੈਂ ਕਹਿਣਾ ਚਾਹਾਂਗੀ ਕਿ ਅਸੀਂ ਫਿਰ ਸੇ ਡੋਰ ਪ੍ਰਾਈਜ਼ ਅਨਾਊਂਸ ਕਰ ਰਹੇ ਹਾਂ ਅਤੇ ਫਿਰ ਸੇ ਸਾਰੇ ਆਪਣੇ ਟਿਕਟ ਵਰਤੇ ਹਾਂ। ਪਹਿਲਾਂ ਪੰਜਾਬੀ 'ਚ 3-8-8-4-4-3-3, ਮੈਂ ਫਿਰ ਤੋਂ ਬੋਲਦੀ ਹਾਂ ਇੰਗਲਿਸ਼, 3-8-8-4-4-3-3। ਜ਼ੋਰਦਾਰ ਤਾਲੀਆਂ ਸਾਰੇ ਉਹਨਾਂ ਵਾਸਤੇ। ਜ਼ੋਰਦਾਰ ਤਾਲੀਆਂ ਫਿਰ ਤੋਂ। ਅਤੇ ਅਗਲੀ 3-8-8-4-4-0-0-3, ਮੈਂ ਫਿਰ ਸੇ ਇੰਗਲਿਸ਼, 3-8-8-4-4-0-3। ਓਕੇ, ਹਿਊਜ ਰਾਊਂਡ ਆਫ ਅਪਲੌਜ਼ ਫੋਰ ਹਿਮ।
ਇਸ ਫਿਲਮ ਨੂੰ ਵੇਖਣ ਤੋਂ ਪਹਿਲਾਂ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦੀ ਹਾਂ ਕਿ ਮੈਥਸਨ ਦੇ ਵਿੱਚ ਪਹਿਲੀ ਵਾਰੀ ਇਸ ਸਾਲ 10ਵੀਂ ਪੰਜਾਬੀ ਪੜ੍ਹਾਈ ਜਾ ਰਹੀ ਹੈ ਅਤੇ ਸਭ ਤੋਂ ਛੋਟੀ ਜੂਨੀਅਰ ਕਲਾਸ ਪੰਜਾਬੀ 10 ਜਿਹੜੀ ਸੀਗੀ ਅਤੇ ਕਈ ਬੱਚੇ ਜਿਹੜੇ ਪੰਜਾਬ ਜਿਹੜੇ ਗ੍ਰੇਡ 10 ਦੇ ਵਿੱਚ ਨਹੀਂ ਉਹਨਾਂ ਨੂੰ ਪੰਜਾਬੀ ਦੱਸ ਸਕੇ ਉਹਨਾਂ ਨੂੰ ਗ੍ਰੇਡ 11 ਦੇ ਵਿੱਚ ਪਾ ਦਿੱਤਾ ਗਿਆ ਸੋ ਇਹ ਫਿਲਮ ਦੇ ਵਿੱਚ ਗ੍ਰੇਡ 11 ਦੇ ਨਾਲ ਨਾਲ ਗ੍ਰੇਡ 10 ਦੇ ਬੱਚੇ ਵੀ ਹੈਗੇ ਨੇ ਸੋ ਉਹ ਵਿਚਾਰੇ ਸ਼ੁਰੂ 'ਚ ਪਹਿਲਾਂ ਨਰਵਸ ਸੀ ਕਿ ਅਸੀਂ ਗ੍ਰੇਡ 12 ਦੀਆਂ ਮੂਵੀਜ਼ ਨੂੰ ਕਿੱਦਾਂ ਬੀਟ ਕਰਾਂਗੇ ਅਸੀਂ ਤਾਂ ਛੋਟੇ ਹਾਂ ਅਸੀਂ ਪਤਾ ਨਹੀਂ ਉਸ ਲੈਵਲ ਤੱਕ ਜਾ ਸਕਦੇ ਹਾਂ ਕਿ ਨਹੀਂ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਬਣਾਓਗੇ ਤਾਂ ਉਸ ਲੈਵਲ 'ਤੇ ਪਹੁੰਚੋਗੇ ਨਾ ਸੋ ਇਹ ਫਿਲਮ ਦੇ ਵਿੱਚ ਜੂਨੀਅਰ ਐਂਡ ਸੀਨੀਅਰ ਸਟੂਡੈਂਟਸ ਮਿਕਸ ਨੇ ਅਤੇ ਮੈਂ ਐਕਚੁਲੀ ਸਪੈਸ਼ਲੀ ਆਫਟਰ ਦਿਸ ਮੂਵੀ ਰਾਊਂਡ ਆਫ ਅਪਲੌਜ਼ ਦੇਣਾ ਚਾਹਾਂਗੀ ਸਪੈਸ਼ਲੀ ਦ ਲੀਡ ਆਰਟਿਸਟ ਇਨ ਦਿਸ ਮੂਵੀ ਇਜ਼ ਅਰਜੁਨ ਹੋਤੀ ਸੋ ਐਂਡ ਹੀ ਇਜ਼ ਆਲਸੋ ਇਹਨਾਂ ਨੇ ਮੀਡੀਆ ਦੇ ਵਿੱਚ ਸਾਨੂੰ ਨਵਪ੍ਰੀਤ ਨੇ ਪਤਾ ਨਹੀਂ ਕਿੱਥੇ ਕਿੱਥੇ ਅਸੀਂ ਸਭ ਸਾਰੇ ਥਾਵਾਂ ਦੇ ਬੱਚਿਆਂ ਨੂੰ ਭੇਜਿਆ ਇੰਟਰਵਿਊਜ਼ ਲਈ ਅਤੇ ਵੀ ਵੈਂਟ ਐਵਰੀਵੇਅਰ ਰੈਡ ਐਫਐਮ ਚੈਨਲ ਪੰਜਾਬੀ ਯੂ ਨੇਮ ਇਟ ਅਤੇ ਜਿਹੜਾ ਪਹਿਲਾ ਸਟੂਡੈਂਟ ਮੇਰੇ ਕੋਲ ਆਇਆ ਜਿਹਨੂੰ ਬਿਲਕੁਲ ਝਾਕਾ ਨਹੀਂ ਸੀ ਡਰ ਨਹੀਂ ਸੀ ਮੀਡੀਆ 'ਚ ਬੋਲਣ ਲਈ ਉਹ ਵੀ ਅਰਜੁਨ ਹੋਤੀ ਸੀ ਸੋ ਅਰਜੁਨ ਕੈਨ ਯੂ ਸਟੈਂਡ ਅਪ ਅਪਰ ਸੋ ਦਿਸ ਵਨ ਅਸੀਂ ਕਹਿੰਦੇ ਹਾਂ ਮਾਂ ਬੋਲੀ ਬਹੁਤ ਜ਼ਰੂਰੀ ਹੈ ਬੋਲਣੀ ਚਾਹੀਦੀ ਹੈ ਪਰ ਮਾਂ ਬੋਲੀ ਬੋਲਣ ਦੇ ਵਿੱਚ ਸ਼ਰਮ ਵੀ ਨਹੀਂ ਹੋਣੀ ਚਾਹੀਦੀ ਸੋ ਇਹ ਇੱਕ ਐਸਾ ਸਟੂਡੈਂਟ ਸੀ ਜਿਹਨੇ ਮੈਨੂੰ ਸ਼ੋਅ ਕੀਤਾ ਵੀ ਭਾਵੇਂ ਮੈਂ ਜਿੱਦਾਂ ਵੀ ਬੋਲਾਂ ਪਰ ਮੇਰੀ ਪੰਜਾਬੀ ਮਾਂ ਬੋਲੀ ਬੋਲਣ ਦੇ ਵਿੱਚ ਸ਼ਰਮ ਨਹੀਂ ਆਉਂਦੀ ਸੋ ਦੈਟਸ ਵਾਈ ਆਈ ਰੀਅਲੀ ਰੀਅਲੀ ਅਪਰੀਸ਼ੀਏਟ ਦੈਟ ਐਂਡ ਇੱਕ ਵਾਰੀ ਨਹੀਂ ਕਿਹਾ ਵੀ ਮੈਂ ਜਾਣਾ ਨਹੀਂ ਐਂਡ ਐਟ ਦ ਸੇਮ ਟਾਈਮ ਸੁਖੀ ਇਜ਼ ਸੁਖੀ ਹੇਅਰ ਸੁਖੀ ਅਡਵਾਲ ਇਹਨਾਂ ਨੇ ਵੀ ਨਾਲ ਪੂਰਾ ਪੂਰਾ ਸਾਥ ਦਿੱਤਾ ਫਰੈਂਚ ਟੀਚਰਸ ਮੈਨੂੰ ਕਹਿਣਗੇ ਅਸੀਂ ਜੀ ਟੀਚਿੰਗ ਅਵੈਲੂਏਸ਼ਨ ਕਰ ਰਹੇ ਹਾਂ ਓਰਲ ਅਵੈਲੂਏਸ਼ਨ ਕਰ ਰਹੇ ਹਾਂ ਬੈਠੇ ਬੱਚਿਆਂ ਦੇ ਨਾਲ ਅੱਜ ਮੈਂ ਕਿਹਾ ਨਵੀਂ ਅਵੈਲੂਏਸ਼ਨ ਕਰ ਰਹੀ ਹਾਂ ਪਰ ਉਹ ਰੇਡੀਓ 'ਤੇ ਬੋਲ ਰਹੇ ਨੇ ਓਕੇ ਜੀ ਸੋ ਆਪਾਂ ਨੈਕਸਟ ਮੂਵੀ ਦੇਖਦੇ ਹਾਂ ਵੱਡੀਆਂ ਆਸਾਂ ਬੱਚਿਆਂ ਦੇ ਉੱਤੇ ਸਾਨੂੰ ਮਾਂ ਪਿਓ ਨੂੰ ਬਹੁਤ ਆਸਾਂ ਨੇ ਅਤੇ ਉਹ ਆਸਾਂ ਦਾ ਨਤੀਜਾ ਕਈ ਵਾਰੀ ਇਹ ਹੋ ਜਾਂਦਾ ਕਿ ਬੱਚੇ ਦੀ ਅੰਦਰੂਨੀ ਖੁਸ਼ੀ ਸਾਨੂੰ ਪਤਾ ਨਹੀਂ ਲੱਗਦੀ ਉਹ ਕੀ ਹੈ